ਦੇਖੋ ਜੀ, ਇੱਕ ਤਾਂ ਟ੍ਰੈਫਿਕ ਦਾ ਜਿਹੜਾ ਸਾਰਾ ਹੀ ਮੈਨੇਜ ਕੀਤਾ ਵੀ ਕਿਸ ਤਰ੍ਹਾਂ, ਕੋਈ ਪਾਲਕੀ ਸਾਹਿਬ ਜਦੋਂ ਸਾਡੇ ਬਟਾਲੇ ਵਿਖੇ ਆਪਾਂ ਰਿਸੀਵ ਕਰਾਂਗੇ, ਪਾਲਕੀ ਸਾਹਿਬ ਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ, ਉਸ ਅਕੋਰਡਿੰਗ ਸਾਰਾ ਇਹਨੂੰ ਮੈਨੇਜ ਕਰਕੇ ਆਏ ਔਰ ਦੇਖ ਕੇ ਆਏ, ਜਿੱਥੇ ਜਿੱਥੇ ਕੋਈ ਕਮੀਆਂ ਨਜ਼ਰ ਆ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਾਂਗੇ ਆਪਾਂ। ਕੌਣ ਕੌਣ ਆ ਰਿਹਾ ਜੀ, ਜਿਸ ਤਰ੍ਹਾਂ ਪਿਛਲੀ ਵਾਰੀ ਦੋ ਮੰਤਰੀ ਆਏ ਸਨ, ਤੁਸੀਂ ਆਪ ਹੀ, ਇਸ ਵਾਰ ਕੌਣ ਕੌਣ ਆ? ਦੇਖੋ ਜੀ, ਸਾਡੇ ਵੱਲੋਂ ਤਾਂ ਸੱਦਾ ਸਾਰਿਆਂ ਨੂੰ ਆ, ਹੁਣ ਜਿਹੜੇ ਵੀ ਆਉਂਦੇ ਨੇ ਉਹਨਾਂ ਦਾ ਆਪਾਂ ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਕਿੱਦਾਂ ਦੀਆਂ ਤਿਆਰੀਆਂ? ਪ੍ਰੋਪਰਲੀ ਤੁਸੀਂ ਦੇਖੋਗੇ ਵੀ ਇਸ ਟਾਈਮ ਪ੍ਰੋਪਰਲੀ ਤਿਆਰੀਆਂ ਚੱਲ ਰਹੀਆਂ ਸਾਡੀਆਂ। ਸਰਕਾਰ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਹੈ ਜੀ, ਹਰ ਪੱਖੋਂ ਜਿੱਥੇ ਕਿਤੇ ਪੈਸਾ ਖਰਚਣ ਦੀ ਜ਼ਰੂਰਤ ਆ ਉੱਥੇ ਪੈਸਾ ਖਰਚਿਆ ਜਾ ਰਿਹਾ, ਜਿੱਥੇ ਵੀ ਜਿਹੜੀ ਵੀ ਕਿਸਮ ਦੀ ਜ਼ਰੂਰਤ ਪੈ ਰਹੀ ਆ ਉੱਥੇ ਆਪਾਂ ਉਹਨੂੰ ਤਰਜੀਹ ਦੇ ਕੇ ਲਵਾ ਰਹੇ ਹਾਂ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੀਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਵਿਆਹ ਆ ਰਿਹਾ ਅਤੇ ਆਓ ਆ ਕੇ ਆਪਾਂ ਬਟਾਲੇ ਪਹੁੰਚੀਏ, ਔਰ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਜਿਹੜੀ ਰਿਸੀਵ ਕਰਾਂਗੇ ਆਪਾਂ, ਹਸਰੀ ਦੇ ਪੁੱਲ ਦੇ ਉੱਤੇ ਇੱਕ ਆਤਿਸ਼ਬਾਜ਼ੀ ਦਾ ਜਿਹੜਾ ਵੱਖਰਾ ਜਿਹੜਾ ਦ੍ਰਿਸ਼ ਜਿਹੜਾ ਉਹ ਨਜ਼ਰ ਆਊਗਾ। ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਸਾਰੇ ਸ਼ਹਿਰ ਵਾਸੀ ਆ ਕੇ ਇੱਥੇ ਆ ਕੇ ਇਕੱਠੇ ਹੋਣ, ਹੋ ਕੇ ਅਤੇ ਆਤਿਸ਼ਬਾਜ਼ੀ ਦਾ ਜਿਹੜਾ ਪਾਲਕੀ ਸਾਹਿਬ ਦਾ ਜੀ ਆਇਆਂ ਨੂੰ ਕਰੀਏ ਅਤੇ ਆਤਿਸ਼ਬਾਜ਼ੀ ਦਾ ਵੀ ਜਿਹੜਾ ਚੈੱਕ ਕਰ। ਬੜਾ ਵਧੀਆ ਉਪਰਾਲਾ ਸਰਕਾਰ ਦੇ ਵੱਲੋਂ, ਹਦਾਇਤਾਂ ਜਿਹੜੀਆਂ ਕੀਤੀਆਂ ਗਈਆਂ ਤੇ ਪ੍ਰਸ਼ਾਸਨ ਨੂੰ ਮੰਨ ਰਿਹਾ ਕਿ ਜਿੰਨੇ ਵੀ ਹੁੱਲੜਬਾਜ਼ ਨੇ ਉਹਨਾਂ ਨੂੰ ਇਸ ਵਰਗੇ ਦੇ ਜ਼ਰੂਰ। ਦੇਖੋ ਜੀ, ਗੱਲ ਕਲੀਅਰ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਜਿੰਨੇ ਵੀ ਹੁੱਲੜਬਾਜ਼ ਵੀ ਕੌਣ ਨੇ, ਸਾਡੇ ਪਰਿਵਾਰਾਂ ਦੇ ਮੈਂ ਕਹਿ ਸਕਦਾ ਵੀ ਸਾਡੇ ਲੋਕਲੀ ਉਹ ਕਿਹੜਾ ਪਾਕਿਸਤਾਨੋਂ ਆਉਂਦੇ ਆ ਜਾਂ ਬਾਹਰੋਂ, ਪਰ ਮੈਂ ਇੱਕੋ ਗੱਲ ਉਹਨਾਂ ਨੂੰ ਪੰਜਾਬੀ 'ਚ ਵੀ ਦੱਸਣਾ ਚਾਹੁੰਦਾ ਵਾਂ ਵੀ ਆਪਾਂ, ਸਾਡੇ ਘਰ ਵੀ ਪਰਿਵਾਰ ਹੈਗੇ ਨੇ, ਅਸੀਂ ਚਾਹੁੰਦੇ ਹਾਂ ਵੀ ਬਟਾਲੇ ਨੂੰ ਇੱਕ ਪਰਿਵਾਰ ਵਾਲਾ ਮਾਹੌਲ ਦਿੱਤਾ ਜਾਵੇ, ਨਾ ਕਿ ਆਪਾਂ ਜਿਹੜੀਆਂ ਹੁੱਲੜਬਾਜ਼ੀਆਂ ਕਰਕੇ ਵੀ ਆਪਾਂ ਆਪਣੇ ਆਪ ਨੂੰ ਸ਼ੋਅ ਕਰੀਏ, ਵੀ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਆ। ਉਹ ਆਪਣੇ ਆਪ 'ਚ ਪਤਾ ਲੱਗਦਾ ਵੀ ਇਸ ਬੰਦੇ ਦਾ ਮਾਇੰਡ ਜਾਂ ਇਹ ਬੰਦੇ ਦੀ ਦਿਸ਼ਾ, ਇਹਨੂੰ ਸਿੱਖਿਆ ਜਿਹੜੀ ਹੈ ਇਹਦੇ ਪਰਿਵਾਰਾਂ ਵੱਲੋਂ ਕਿਸ ਤਰ੍ਹਾਂ ਦੀ ਮਿਲੀ ਹੈ। ਸੋ ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਹੁੱਲੜਬਾਜ਼ੀਆਂ ਤੋਂ ਬਿਲਕੁਲ ਐਰਕੀ ਸਖਤੀ ਵਰਤੀ ਗਈ ਹੈ ਔਰ ਵਰਤੀ ਜਾਊਗੀ, ਜਿਹੜਾ ਵੀ ਕੋਈ ਫੜਿਆ ਗਿਆ ਇਸ ਕੰਮ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ। ਦੇਖੋ ਜੀ, ਇੱਕ ਤਾਂ ਟ੍ਰੈਫਿਕ ਦਾ ਜਿਹੜਾ ਸਾਰਾ ਹੀ ਮੈਨੇਜ ਕੀਤਾ ਵੀ ਕਿਸ ਤਰ੍ਹਾਂ, ਕੋਈ ਪਾਲਕੀ ਸਾਹਿਬ ਜਦੋਂ ਸਾਡੇ ਬਟਾਲੇ ਵਿਖੇ ਆਪਾਂ ਰਿਸੀਵ ਕਰਾਂਗੇ, ਪਾਲਕੀ ਸਾਹਿਬ ਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ, ਉਸ ਅਕੋਰਡਿੰਗ ਸਾਰਾ ਇਹਨੂੰ ਮੈਨੇਜ ਕਰਕੇ ਆਏ ਔਰ ਦੇਖ ਕੇ ਆਏ, ਜਿੱਥੇ ਜਿੱਥੇ ਕੋਈ ਕਮੀਆਂ ਨਜ਼ਰ ਆ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਾਂਗੇ ਆਪਾਂ। ਕੌਣ ਕੌਣ ਆ ਰਿਹਾ ਜੀ, ਜਿਸ ਤਰ੍ਹਾਂ ਪਿਛਲੀ ਵਾਰੀ ਦੋ ਮੰਤਰੀ ਆਏ ਸਨ, ਤੁਸੀਂ ਆਪ ਹੀ, ਇਸ ਵਾਰ ਕੌਣ ਕੌਣ? ਦੇਖੋ ਜੀ, ਸਾਡੇ ਵੱਲੋਂ ਤਾਂ ਸੱਦਾ ਸਾਰਿਆਂ ਨੂੰ ਆ, ਹੁਣ ਜਿਹੜੇ ਵੀ ਆਉਂਦੇ ਨੇ ਉਹਨਾਂ ਦਾ ਆਪਾਂ ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਕਿੱਦਾਂ ਦੀਆਂ ਤਿਆਰੀਆਂ? ਪ੍ਰੋਪਰਲੀ ਤੁਸੀਂ ਦੇਖੋਗੇ ਵੀ ਇਸ ਟਾਈਮ ਪ੍ਰੋਪਰਲੀ ਤਿਆਰੀਆਂ ਚੱਲ ਰਹੀਆਂ ਸਾਡੀਆਂ। ਸਰਕਾਰ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਹੈ ਜੀ, ਹਰ ਪੱਖੋਂ ਜਿੱਥੇ ਕਿਤੇ ਪੈਸਾ ਖਰਚਣ ਦੀ ਜ਼ਰੂਰਤ ਆ ਉੱਥੇ ਪੈਸਾ ਖਰਚਿਆ ਜਾ ਰਿਹਾ, ਜਿੱਥੇ ਵੀ ਜਿਹੜੀ ਵੀ ਕਿਸਮ ਦੀ ਜ਼ਰੂਰਤ ਪੈ ਰਹੀ ਆ ਉੱਥੇ ਆਪਾਂ ਉਹਨੂੰ ਤਰਜੀਹ ਦੇ ਕੇ ਲਵਾ ਰਹੇ ਹਾਂ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੀਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਵਿਆਹ ਆ ਰਿਹਾ ਅਤੇ ਆਓ ਆ ਕੇ ਆਪਾਂ ਬਟਾਲੇ ਪਹੁੰਚੀਏ, ਔਰ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਜਿਹੜੀ ਰਿਸੀਵ ਕਰਾਂਗੇ ਆਪਾਂ, ਹਸਰੀ ਦੇ ਪੁੱਲ ਦੇ ਉੱਤੇ ਇੱਕ ਆਤਿਸ਼ਬਾਜ਼ੀ ਦਾ ਜਿਹੜਾ ਵੱਖਰਾ ਜਿਹੜਾ ਦ੍ਰਿਸ਼ ਜਿਹੜਾ ਉਹ ਨਜ਼ਰ ਆਊਗਾ। ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਸਾਰੇ ਸ਼ਹਿਰ ਵਾਸੀ ਆ ਕੇ ਇੱਥੇ ਆ ਕੇ ਇਕੱਠੇ ਹੋਣ, ਹੋ ਕੇ ਅਤੇ ਆਤਿਸ਼ਬਾਜ਼ੀ ਦਾ ਜਿਹੜਾ ਪਾਲਕੀ ਸਾਹਿਬ ਦਾ ਜੀ ਆਇਆਂ ਨੂੰ ਕਰੀਏ ਅਤੇ ਆਤਿਸ਼ਬਾਜ਼ੀ ਦਾ ਵੀ ਜਿਹੜਾ ਚੈੱਕ ਕਰ। ਬੜਾ ਵਧੀਆ ਉਪਰਾਲਾ ਸਰਕਾਰ ਦੇ ਵੱਲੋਂ, ਹਦਾਇਤਾਂ ਜਿਹੜੀਆਂ ਕੀਤੀਆਂ ਗਈਆਂ ਪ੍ਰਸ਼ਾਸਨ ਨੂੰ ਮੰਨ ਰਿਹਾ
ਕਿ ਜਿੰਨੇ ਵੀ ਹੁੱਲੜਬਾਜ਼ ਨੇ ਉਹਨਾਂ ਨੂੰ ਇਸ ਵਾਰੀ ਕਹਿੰਦੇ ਜ਼ਰੂਰ? ਦੇਖੋ ਜੀ, ਗੱਲ ਕਲੀਅਰ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਜਿੰਨੇ ਵੀ ਹੁੱਲੜਬਾਜ਼ ਵੀ ਕੌਣ ਨੇ ਸਾਡੇ ਪਰਿਵਾਰਾਂ ਦੇ, ਮੈਂ ਕਹਿ ਸਕਦਾ ਵੀ ਸਾਡੇ ਲੋਕਲੀ ਉਹ ਕਿਹੜਾ ਪਾਕਿਸਤਾਨੋਂ ਆਉਂਦੇ ਆ ਜਾਂ ਬਾਹਰੋਂ, ਪਰ ਮੈਂ ਇੱਕੋ ਗੱਲ ਉਹਨਾਂ ਨੂੰ ਪੰਜਾਬੀ 'ਚ ਵੀ ਦੱਸਣਾ ਚਾਹੁੰਦਾ ਵਾਂ ਵੀ ਆਪਾਂ, ਸਾਡੇ ਘਰ ਵੀ ਪਰਿਵਾਰ ਹੈਗੇ ਨੇ, ਅਸੀਂ ਚਾਹੁੰਦੇ ਹਾਂ ਵੀ ਬਟਾਲੇ ਨੂੰ ਇੱਕ ਪਰਿਵਾਰ ਵਾਲਾ ਮਾਹੌਲ ਦਿੱਤਾ ਜਾਵੇ, ਨਾ ਕਿ ਆਪਾਂ ਜਿਹੜੀਆਂ ਉਹ ਹੁੱਲੜਬਾਜ਼ੀਆਂ ਕਰਕੇ ਵੀ ਆਪਾਂ ਆਪਣੇ ਆਪ ਨੂੰ ਸ਼ੋਅ ਕਰੀਏ, ਵੀ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਆ। ਉਹ ਆਪਣੇ ਆਪ 'ਚ ਪਤਾ ਲੱਗਦਾ ਵੀ ਇਸ ਬੰਦੇ ਦਾ ਮਾਇੰਡ ਜਾਂ ਇਹ ਬੰਦੇ ਦੀ ਦਿਸ਼ਾ, ਇਹਨੂੰ ਸਿੱਖਿਆ ਜਿਹੜੀ ਹੈ ਇਹਦੇ ਪਰਿਵਾਰਾਂ ਵੱਲੋਂ ਕਿਸ ਤਰ੍ਹਾਂ ਦੀ ਮਿਲੀ ਹੈ। ਸੋ ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਹੁੱਲੜਬਾਜ਼ੀਆਂ ਤੋਂ ਬਿਲਕੁਲ ਐਰਕੀ ਸਖਤੀ ਵਰਤੀ ਗਈ ਹੈ ਔਰ ਵਰਤੀ ਜਾਊਗੀ, ਜਿਹੜਾ ਵੀ ਕੋਈ ਫੜਿਆ ਗਿਆ ਇਸ ਕੰਮ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ।